ਬੀਅਰ ਪੀ ਲੋ ਕੋਈ ਆਪੇ ਭੱਜੇ ਜਾਣ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਕਿੱਥੇ ਜਾ ਰਹੇ ਗਿੱਲ ਸਾਹਿਬ? ਆਪਾਂ ਲੋਟੇ ਸੈਂਟਰ। ਲੋਟੇ ਸੈਂਟਰ ਹਰਨੋਈ ਹੈ ਨਾ? ਕੀ ਆ ਉੱਥੇ ਭਲਾ? ਉੱਥੇ ਹੈ ਕੀ ਆਪਣਾ? ਇੱਕ ਤਾਂ ਸਕਾਈ ਵਾਕ ਹੈ। ਹੈ ਸਕਾਈ ਵਾਕ? ਅੱਛਾ ਸਕਾਈ ਵਾਕ ਆ। ਗ੍ਰੈਬ ਸਸਤੀ ਆ ਰਹੀ ਫਿਲਹਾਲ, ਆਪਾਂ ਗ੍ਰੈਬ ਵਾਕ ਕਰਦੇ ਜਾ ਰਹੇ ਆ। ਇਹ ਹੈ ਜੀ ਲੋਟੇ ਸੈਂਟਰ ਹਰਨੋਈ ਪਹੁੰਚ ਗਏ ਹਾਂ। ਅੱਗੇ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ। ਮੈਨੂੰ ਲੈ ਲਓ। ਹਾਂਜੀ ਗੁਰਜੀਤ ਜੀ, ਕਿੱਦਾਂ ਟਿਕਟ ਜੀ? ਇਹ ਸਕਾਈ ਬਾਰ ਦੇ ਵਿੱਚ ਆਏ ਹਾਂ ਲੋਟੋ ਸੈਂਟਰ 'ਚ, ਅਤੇ ਲੋਟੋ ਸੈਂਟਰ ਹੈਗਾ ਆ 2,30,000 ਰੁਪਏ ਇੱਕ ਬੰਦੇ ਦੀ ਐਂਟਰੀ ਫੀਸ ਆ। ਅਸੀਂ 4 ਦੀ ਪੇ ਕੀਤੀ ਆ ਕਾਰ ਤੋਂ। ਅਤੇ ਫੋਰ ਟਿਕਟਸ ਫੋਰ ਸਕਾਈ ਬਾਰ, ਯੈਸ। ਇਹ 2,30,000 ਇੱਕ ਦਾ ਸੀਗਾ, ਅਤੇ 4 ਦਾ ਪੇ ਕਰਨਾ ਪੈ ਰਿਹਾ। ਅਤੇ ਫਲੋਰ ਹੈਗੀ ਗਿੱਲ, ਫਲੋਰ ਕਿਹੜੀ ਹੈਗੀ ਟੋਪ ਦੀ ਉੱਪਰ? 65। ਬਾਕੀ ਉੱਪਰ ਜਾ ਕੇ ਤੁਹਾਨੂੰ ਸਕਾਈ ਬਾਰ ਦਿਖਾਉਂਦੇ ਹਾਂ ਕਿ ਐਂਟਰੀ ਕਾਊਂਟਰ ਹੈ ਬੜਾ ਜਿੱਥੇ ਬੈਠੇ ਆਪਾਂ। ਅਤੇ ਫੂਡ ਤੁਸੀਂ ਕਹਿੰਦੇ ਉੱਪਰ ਜਾ ਕੇ ਔਡਰ ਦਿਖਾਤਾ ਹੈ, ਉਹ ਦਿਖਾਤਾ ਇਹ ਹੈਗਾ ਜੀ ਇਨਕੁਆਇਰੀ ਸਕਾਈ ਹੈਗਾ ਜੀ। ਇਸ ਵੇਲੇ ਲਿਖਿਆ ਸਾਰਾ ਅੱਧਾ ਟੋਇਲਟ ਲਿਖਿਆ ਹੈਗਾ ਜੀ। 3,00,000 ਰੁਪਏ ਚਿਲਡਰਨ ਟੋਟਲ 3,000 ਤੋਂ 1,200 ਦਾ ਹੈਗਾ। 1,56,000 ਰੁਪਏ ਇਸ ਕਰਨ 1,00,000 ਰੁਪਏ। ਬਾਕੀ ਜੋ ਜੋ ਉੱਪਰ ਲਿਖੋ ਹੈਗਾ, ਕੌਫੀ ਬਾਰ ਹੈਗੇ ਜੀ, ਉਸ ਤੋਂ ਸਾਰਾ ਤੁਹਾਨੂੰ ਸ਼ਾਇਦ ਦੇਖ ਲਿਆ। ਆਉਣ ਦਾ ਟਾਈਮਿੰਗ ਹੈ ਜੀ, ਦੇਖੋ ਆ ਗਿਆ ਜੀ। ਚਲੋ ਜੱਦੂ ਚੱਲ ਸਨੇ ਦੇਖੋ ਜਿੰਦਗੀ ਜਾਂਦੀ ਫਲੋਰ ਤੇ। ਤੁਸੀਂ ਕਦੇ ਗਏ ਹੋ? ਨਹੀਂ ਗਏ। ਕੰਨ ਬੰਦ ਹੋ ਚੁੱਕਿਆ ਭਰਾਵਾ ਬਿਲਕੁਲ, ਕੰਨ ਜਿਵੇਂ ਫਲਾਈਟ ਚ ਹੁੰਦੇ ਨਾ ਉਹ ਹਾਲ ਹੋ ਗਿਆ ਤੁਹਾਡਾ। ਲਓ ਜੀ ਪਹੁੰਚ ਚੁੱਕੇ ਹਾਂ ਆਪਾਂ ਸਕਾਈ ਵਾਕ ਲੋਟੇ ਸੈਂਟਰ ਹਨੋਈ ਦੀ। ਮੰਜ਼ਿਲ ਹੈਗੀ ਹੈ, ਫਲੋਰ ਹੈਗੀ ਹੈ 65, ਅਤੇ ਮੀਟਰ ਹਾਈਟ ਦੀ ਆਪਾਂ ਗੱਲ ਕਰੀਏ 272 ਮੀਟਰ ਹੈ ਆਮ ਜ਼ਮੀਨ ਦੇ ਉੱਤੋਂ। ਸੋ ਦੇਖੋ ਤੁਸੀਂ, ਇਹ ਅਮੈਰੀਕਨ ਕੰਪਨੀ ਨੇ ਬਣਾਇਆ ਸੀ, ਇੰਜੋਏ ਕਰੋ। ਦੇਖੋ ਕਿੰਨੀ ਡੈਪਥ ਹੈਗੀ ਇਹਦੀ। ਮਹਿਸੂਸ ਕਰ ਨੇੜੇ ਜਾਣ ਨੂੰ ਜੀ ਨੀ ਕਰ ਰਿਹਾ। ਅੱਗੇ ਤਾਂ ਮਾੜਾ ਜਾ, ਇੰਨੇ ਚਾਹੀਦਾ ਅੱਗੇ ਜਾਣਾ ਹੋਰ ਪਾਸੇ। ਸਨੀ ਆ ਯਾਰ, ਏਦਾਂ ਗੱਲ ਕਰਤਾ, ਇਹਨਾਂ ਡਰਨ ਵਾਲੀ ਕਿਹੜੀ ਗੱਲ ਆ? ਚਲੋ ਜਗੂ ਆ ਯਾਰ, ਯਾਰ ਮੈਨੂੰ ਜਾ ਵਿੱਚ ਤੂੰ ਆ ਹੋਣਾ। ਚਲ ਲਗਭਗ 200 ਪਲੱਸ ਮੀਟਰ ਦੇ ਉੱਪਰ, 60 ਮੀਟਰ, 65 ਮੰਜ਼ਿਲ ਹੈਗੀ ਆ ਜਿਹੜੀ ਫਲੋਰ ਹੈਗੀ, 65 ਫਲੋਰ ਹੈ। ਅੱਗੇ ਆ ਰਿਹਾ ਦਿਖਾ, ਪੂਰਾ ਹਰਨੋਈ ਨਜ਼ਰ ਆਉਂਦਾ। ਵਾਹ ਵੇਖ, ਬਹੁਤ ਵਧੀਆ ਸਨੀ, ਇੰਜੋਏ ਕਰ। ਦੇਖੋ ਹਾਂਜੀ,
ਜਿਹੜੀ ਇੱਕ ਚੀਜ਼ ਹੈ ਤੁਹਾਨੂੰ ਫੋਟੋ ਜ਼ੋਨ ਆਏ ਤੁਹਾਨੂੰ ਦਿਖਾਵਾਂਗਾ। ਸੋ ਮੇਰੀ ਰੇਲਵੇ ਟਰੈਕ ਬਣਿਆ ਜੀ, ਘੁੰਮਾ ਕੇ ਲਿਆ ਵੀਡੀਓ ਬਣਾ ਲਿਆ ਨਾ, ਇੱਕ ਹੋਰ ਇੱਦਾਂ ਕਰਨਾ ਕੈਮਰਾ ਨੂੰ ਫੜਾ ਲਿਆ, ਘੁੰਮ ਕੇ ਆ ਜਾਣਾ ਬਹਿਣਾ ਤੇ ਸੋ ਇਹ ਦੇਖੋ ਜੀ ਦੁਆ ਸਰ ਸਨੀ ਯਾਰ ਤੁਹਾਡੀ ਫੀਲ ਤਾਂ ਲੈ ਯਾਰ ਫੋਟੋ ਜੀ ਲੋਟੋ ਸੈਂਟਰ। ਸੋ ਲੋਟੋ ਸੈਂਟਰ ਦੇ ਥੱਲੇ ਦੇਖੋ ਤੁਸੀਂ ਗਲਾਸ ਦੇ ਕਿਤੇ ਖੜ੍ਹੇ ਹੋ, ਸੋ ਗਲਾਸ ਦੇ ਉੱਪਰ ਹੈਗੇ ਦੇਖੋ ਜੀ ਯਾਰ ਆਹ ਵੀ ਲੱਗੇ ਹੋਏ ਆ ਦੇਖਣ ਵਾਸਤੇ ਜੇ ਕੋਈ ਗੀਬਾ ਦੇਖਣਾ ਚਾਹੁੰਦਾ ਦੇਖਾਂ ਭਾਈ। ਹਾਂਜੀ ਸਨੀ ਕਿੱਦਾਂ ਲੱਗ ਰਿਹਾ ਵੀਰੇ? ਬਹੁਤ ਲੱਗ ਰਿਹਾ ਜੀ, ਮਜ਼ਾ ਆ ਗਿਆ, ਐਕਸਪੀਰੀਅੰਸ ਸ਼ੋਅ ਹੈ ਇੱਥੇ ਆ ਕੇ, ਮਜ਼ਾ ਆ ਰਿਹਾ ਨਾ, ਅੱਜ ਆਉਣਾ ਚਾਹੀਦਾ ਹਰੇਕ ਨੂੰ, ਬਿਲਕੁਲ ਆਉਣਾ ਚਾਹੀਦਾ ਜੀ, ਆ ਕੇ ਪੈਸਾ ਵਸੂਲ ਇੱਥੇ ਪੂਰਾ ਜੀ, ਜੇ ਇੱਥੇ ਨਹੀਂ ਆਏ ਤਾਂ ਫਿਰ ਵੇਤਨਾਮ ਦਾ ਫਾਇਦਾ ਹੋ ਜੀ ਜੀ, ਵੇਤਨਾਮ ਕੋਈ ਫਾਇਦਾ ਹਾਂ, ਦੋ ਤਿੰਨ ਜਗ੍ਹਾ ਐਸੀ ਹੈ ਖਾਸ ਖਾਸ ਤੁਹਾਨੂੰ ਦੱਸਾਂਗੇ ਅੱਗੇ ਵੀ, ਹਾਂ ਸਟੋਰ ਵੀ ਦਿਖਾਣੇ ਇਹਨਾਂ ਨੂੰ ਆਪਾਂ ਸਸਤੇ, ਸਟੋਰ ਵੀ ਦਿਖਾਣੇ ਇਹਨਾਂ 'ਚ ਵੀ ਰੇਟ ਦਾ ਵੀ ਕਾਫੀ ਫਰਕ ਹੈਗਾ, ਚੀਪ ਹੈ ਕਿਤੇ ਥੋੜ੍ਹਾ ਤੁਰ ਫਿਰ ਕੇ ਪਤਾ ਲੱਗਦਾ ਜੀ, ਹੁਣ ਕਾਫੀ ਆਪਾਂ ਤੁਰ ਕੇ ਆਏ ਜੀ। ਨਾਈਟ ਲਾਈਫ ਕਿੱਦਾਂ ਲੱਗੀ ਫਿਰ? ਨਾਈਟ ਲਾਈਫ ਵੀ ਬਹੁਤ ਲੱਗਿਆ ਜੀ, ਥਾਈਲੈਂਡ ਤੋਂ ਵੀ ਬੈਸਟ ਲੱਗੀ, ਮੈਂ ਜ਼ਿਆਦਾ ਇੱਥੇ ਉਹ ਨਹੀਂ ਹੈ, ਸ਼ੋਰ ਸ਼ਰਾਬਾ ਨਹੀਂ ਹੈ, ਠੀਕ ਹੈ, ਫੈਮਿਲੀ ਆਉਣ ਵਾਲਾ ਮਾਹੌਲ ਵੀ ਹੈ ਇੱਥੇ। ਅੱਛਾ ਹਾਂਜੀ, ਗਿਲ ਸਾਹਿਬ ਫੋਨ ਕਰ ਰਹੇ ਸੀ, ਕਿੱਦਾਂ ਫਿਰ ਕੀ ਕਹਿੰਦੇ ਹੋ ਹਨੋਈ ਦੇ ਵਿੱਚ ਆਉਂਦਾ ਬੰਦਾ ਕੀ ਕਿੱਦਾਂ ਲੱਗਿਆ, ਇੰਜੋਏਮੈਂਟ ਕਿੱਥੇ ਹੈ ਕਿੱਥੇ ਨਹੀਂ? ਜਿਵੇਂ ਇਹ ਤਾਂ ਆਪਾਂ ਆਏ ਹੈਗੇ ਆ ਲੋਟੇ ਸੈਂਟਰ ਹੈ ਨਾ ਹਨੋਈ, ਹੈ ਨਾ, ਅਤੇ ਹੋਰ ਇਸ ਤੋਂ ਇਲਾਵਾ ਮਾਰਕੀਟ ਦਾ ਨਾਈਟ ਲਾਈਫ ਬਾਰੇ ਕੀ ਕਹਿੰਦਾ? ਨਾਈਟ ਲਾਈਫ ਬਹੁਤ ਵਧੀਆ, ਵਧੀਆ ਲੱਗੀ, ਇੰਜੋਏ ਕੀਤਾ, ਹੈ ਨਾ, ਅਤੇ ਕੁਛ ਸਟੋਰਾਂ ਦੇ ਰੇਟ ਸਾਰਿਆਂ ਦੇ ਵੱਖਰੇ ਵੱਖਰੇ ਆ ਖਾਣ ਪੀਣ ਦੇ, ਹੈ ਨਾ, ਕਰ ਲੈਣੇ ਚਾਹੀਦੇ, ਹਾਂ, ਅਤੇ ਸਿਮ ਵੀ ਠੀਕ ਹੈ, ਲੈ ਲੈਣਾ ਚਾਹੀਦਾ ਸਿਮ ਤੋਂ ਬਿਨਾਂ ਬੰਦਾ, ਨਕਸ਼ਾ ਜਿਹੜਾ ਗੂਗਲ ਮੈਪ ਹੈਗਾ ਤੁਹਾਡਾ ਕੰਮ ਕਰਦਾ, ਅਤੇ ਗ੍ਰੈਬ ਦੇ ਰੇਟ ਵੀ ਠੀਕ ਹੈ, ਜੇ ਤੁਸੀਂ ਟੈਕਸੀ ਕਰਦੇ ਹੋ ਗ੍ਰੈਬ ਤਾਂ ਰੇਟ ਠੀਕ ਹੈ, ਹਾਂ ਗ੍ਰੈਬ, ਬਾਕੀ ਰੇਟ ਮਹਿੰਗੇ ਨੇ, ਬਾਕੀ ਅਸੀਂ ਤਾਂ 4 ਕਿਲੋਮੀਟਰ ਤੁਰ ਕੇ ਹੀ ਆ ਗਏ, ਪਤਾ ਨਹੀਂ ਲੱਗਿਆ ਇੰਜੋਏ ਕਰਦੇ ਕਰਦੇ, ਹੈ ਨਾ। ਥੋੜ੍ਹਾ ਇੱਥੇ ਇੱਕ ਗੱਲ ਦੱਸਣਾ ਚਾਹੂੰਗਾ, ਇੱਥੇ ਨਾ ਦੋ ਘੁੰਮ ਫਿਰ ਕੇ ਬਾਗਨਿੰਗ ਕਰਨੀ ਪੈਂਦੀ ਹੈ, ਰੇਟ ਇਹਨੂੰ ਇੰਗਲਿਸ਼ ਸਮਝ ਆਉਂਦੀ ਨਹੀਂ ਹੈ, ਠੀਕ ਹੈ ਜੀ, ਮਤਲਬ ਲੋਕਲ ਜ਼ਿਆਦਾ ਇੱਥੇ ਹੈਗੇ ਨੇ ਵਰਕਰ, ਲੋਕਲ ਹੀ ਸਾਰੇ ਸਟੋਰ ਜਿੰਨੇ ਨੇ, ਸਾਰੇ ਸਟੋਰ ਦੇ ਵੱਖਰੇ ਵੱਖਰੇ ਰੇਟ ਹੈ ਨਾ, ਤੁਸੀਂ ਜੋ ਲੈਣਾ ਤਾਂ ਕਦੇ 2-3 ਸਟੋਰ 'ਤੇ ਘੁੰਮ ਕੇ ਲਓ, ਕਿਤੇ ਕੋਈ ਚੀਜ਼ ਸਾਨੂੰ ਮਿਲੀ ਹੈ 15,000 ਦੀ, 15,000 ਡੋਂਗ, ਕਿਤੇ 17 ਉਹੀ ਚੀਜ਼ 22,000 ਡੋਂਗ ਦੀ ਵੀ ਹੈਗੀ ਆ, 25 ਦੀ ਆ, 25 ਦੀ ਵੀ ਹੈਗੀ ਆ, ਅਤੇ ਹਾਂ ਇਹਨਾਂ ਚੀਜ਼ਾਂ ਦਾ ਸਿਮ ਜੀ ਮਿਲਦਾ 2 ਲੱਖ ਦਾ ਸਿਮ ਹੈਗਾ, 3 ਲੱਖ ਦਾ ਲੈ ਲਿਆ ਪਰ ਸਟੋਰ ਬਾਕੀ ਦੇ 2 ਲੱਖ ਦਾ ਵੀ ਮਿਲਦਾ ਹੈਗਾ, ਅਤੇ 4 GB ਡਾਟਾ ਡੇਲੀ ਦਾ ਹੈਗਾ ਅਤੇ ਮਹੀਨੇ ਵਾਸਤੇ ਵੈਲਿਡ ਹੈ ਨਾ ਜੀ, ਸੋ ਮੈਪ ਗੂਗਲ ਦੇਖ ਲੈਂਦਾ ਬੰਦਾ, ਉਹ 'ਚ ਈਜ਼ੀ ਹੋ ਜਾਂਦਾ ਕਾਫੀ, ਅਤੇ ਫਿਲਹਾਲ ਤਾਂ ਅਸੀਂ 4 ਦਿਨ ਹੀ ਹਨੋਈ ਦੇ ਆਪਾਂ ਉੱਤੋਂ ਗ੍ਰੈਬ ਤੇ ਆਣਾ ਸੀਗਾ, ਪਰ ਆਪਾਂ ਗੂਗਲ ਕਰਕੇ ਆ ਕੇ ਆ ਗਏ, ਆਪਾਂ ਤੁਰ ਕੇ ਆਏ ਆ, ਗ੍ਰੈਬ ਦੀ ਯੂਜ਼ ਲੋੜ ਨਹੀਂ ਪਈ ਆਪਾਂ ਨੂੰ, ਜੀ ਮੈਪ ਗੂਗਲ ਮੈਪ ਪਾਇਆ ਤੁਰ ਕੇ ਆਏ ਆ, ਬੜਾ ਵਧੀਆ ਸਾਰਾ ਇੰਜੋਏ ਕੀਤਾ ਹੈ ਨਾ। ਸੋ ਇੱਦਾਂ ਬਾਹਰ ਦਾ ਮਾਹੌਲ ਹੈ ਦੇਖੋ ਯਾਰ, ਸਾਰਾ 2,30,000 ਡੋਂਗ ਦੀ, 2,30,000 ਡੋਂਗ ਦੀ ਇੱਕ ਬੰਦੇ ਦੀ ਟਿਕਟ ਹੈ ਜਿਹੜੇ ਜਰਨਲ ਦੇ ਵਿੱਚ ਆਉਂਦੇ, ਬਾਕੀ ਜਿਹੜੇ ਡੋਮੈਸਟਿਕ ਇੱਥੇ ਦੇ ਲੋਕ ਨੇ ਉਹ ਸਸਤੀ ਹੈ ਨਾ, 1,80,000 ਦੀ ਉਹਨਾਂ ਲੋਕ, ਜਿਹੜੇ ਜੋ ਲੋਕ ਇੱਥੇ ਦੇ ਨੇ। ਇਹ ਜਦੋਂ ਆਪਾਂ ਲੋਟੇ ਸੈਂਟਰ ਉੱਪਰ ਹੈ ਨਾ, ਫਿਰ 65 ਫਲੋਰ ਦੇ ਉੱਤੇ, ਤਾਂ ਉੱਥੇ ਫੂਡ ਕੋਰਟ ਜੀ ਬਣੀ ਹੋਈ ਆ ਖਾਣ ਵਾਸਤੇ, ਸੋ ਠੀਕ ਹੈ, ਨੋਨ ਵੈੱਜ ਵਾਲਿਆਂ ਵਾਸਤੇ ਹੈਗਾ, ਵੈੱਜ ਵਾਸਤੇ ਤਾਂ ਇੱਥੇ ਕੁਛ ਨਹੀਂ ਹੈਗਾ ਵੈਸੇ, ਸੋ ਨੋਨ ਵੈੱਜ ਦਾ ਹੀ ਹੈਗਾ ਸਾਰਾ, ਜੋ ਵੀ ਹੈ ਬੀਫ ਹੈ, ਪੋਕ ਹੈ, ਚਿਕਨ ਹੈ, ਅਤੇ ਇਹੀ ਹੈਗਾ ਬਾਕੀ ਮੈਨਿਊ ਜਿਹੜਾ ਮੈਂ ਤਾਂ ਨੋਨ ਵੈਜੀਟੇਰੀਅਨ ਖਾ ਸਕਦਾ ਉਹਦੇ ਲਈ ਤਾਂ ਠੀਕ ਹੈਗਾ। ਸੋ
ਬਣਿਆ ਹੋਇਆ ਉੱਤੇ ਇੱਧਰੋਂ ਖਾਣ ਪੀਣ ਦਾ ਹੈਗਾ ਇਹ ਸਾਰਾ। ਅਤੇ ਆਪਾਂ ਜੇ ਅੱਗੇ ਦੀ ਗੱਲ ਕਰੀਏ ਦੂਜੀ ਜਗ੍ਹਾ ਮੈਂ ਤੁਹਾਨੂੰ ਇੱਕ ਹੋਰ ਦਿਖਾਉਂਦਾ, ਉੱਥੇ ਸਾਰਾ ਕੌਫੀ ਪੀਣ ਵਾਲਾ ਕੋਈ ਹੈਗਾ ਤਾਂ ਕੌਫੀ ਪੀਣ ਨੂੰ ਮੈਂ ਤੁਹਾਨੂੰ ਦਿਖਾਉਂਦਾ ਅੱਗੇ ਜਾ ਕੇ। ਸੋ ਉੱਥੇ ਕੈਫੇ ਬਣਿਆ ਹੋਇਆ, ਇੱਕ ਕੌਫੀ ਕੂਫੀ ਪੀਣੀ ਹੋਵੇ ਤਾਂ ਤੁਸੀਂ ਠੀਕ ਆ, ਅਦਰਵਾਈਜ਼ ਤਾਂ ਜਿਵੇਂ ਬੇਕਰੀ ਟਾਈਪ ਆ ਕੁਛ, ਅਤੇ ਜੇ ਉਹ ਤੁਸੀਂ ਖਾਣਾ ਉਹ ਮਿਲ ਸਕਦਾ ਇੱਥੋਂ ਟੋਪ ਫਲੋਰ ਤੋਂ। ਇਹ ਸਾਰਾ ਉਸੇ ਫਲੋਰ ਦੇ ਉੱਤੇ ਸਾਰਾ ਸਰਾਊਂਡਿੰਗ ਮੈਂ ਤੁਹਾਨੂੰ ਦਿਖਾ ਰਿਹਾ। ਅਤੇ ਦਿਖਾਉਂਦਾ ਤੁਹਾਨੂੰ ਇਹ ਜਿਹੜਾ ਇੱਥੇ ਸਾਰਾ, ਇਹ ਇੱਕ ਤਰ੍ਹਾਂ ਦਾ ਕੌਫੀ ਹਾਊਸ ਬਣਿਆ ਹੋਇਆ, ਸਾਰੇ ਬੈਂਚ ਲੱਗੇ ਬੈਠਣ ਨੂੰ, ਸੀਟ ਚੇਅਰਾਂ ਵਗੈਰਾ ਲੱਗੀਆਂ ਹੋਈਆਂ, ਆਹ ਕੌਫੀ ਹਾਊਸ ਹੈ, ਠੀਕ ਹੈ ਨਾ। ਸੋ ਅੱਗੇ ਪਾਰਟੀ ਚੱਲ ਰਹੀ ਸੀ ਅੱਗੇ, ਤੋਂ ਉੱਧਰ ਆਪਾਂ ਨਹੀਂ ਜਾਵਾਂਗੇ। ਸੋ ਇੱਧਰੋਂ ਦੀ ਦੇਖੋ ਤੁਸੀਂ, ਵੈਸੇ ਇੱਥੇ ਵੀ ਉਹੀ ਚੀਜ਼ ਆ ਗਈ, ਨੀਚੇ ਸਿੱਧਾ ਸੀ ਗਲਾਸ ਲੱਗਿਆ, ਤੁਸੀਂ ਉੱਪਰ ਖੜ੍ਹ ਕੇ ਦੇਖ ਸਕਦੇ ਹੋ ਥੱਲੇ। 272 ਮੀਟਰ ਦੀ ਹਾਈਟ 'ਤੇ ਖੜ੍ਹੇ ਹਾਂ ਇਸ ਟਾਈਮ ਆਪਾਂ, ਇਹਦੇ ਉੱਪਰ ਅਗਰ ਪੈਰ ਰੱਖਦੇ ਹਾਂ, ਬਸ ਕੰਡੀਸ਼ਨ ਹੁੰਦੀ ਹੈ ਕਿ ਸ਼ੂਜ਼ ਨਹੀਂ ਪਾਉਣੇ ਹੁੰਦੇ, ਸ਼ੂਜ਼ ਉਤਾਰ ਕੇ ਆਪਾਂ ਜਰਾਬਾ ਪਾ ਕੇ ਜਾ ਸਕਦੇ ਹਾਂ, ਸ਼ੂਜ਼ ਉਤਾਰ ਨੰਗੇ ਪੈਰ ਹੀ ਜਾਓ, ਲੇਕਿਨ ਸ਼ੂਜ਼ ਪਾ ਕੇ ਮਨਾ ਕਰਦੇ ਨੇ, ਕਹਿੰਦੇ ਸ਼ੂਜ਼ ਪਾ ਕੇ ਨਹੀਂ ਜਾਣਾ ਹੈਗਾ ਉੱਤੇ। ਵੈੱਜ ਦੇ ਵਿੱਚ ਤਾਂ ਸਿਰਫ ਜਿਹੜੇ ਪੋਟੈਟੋ ਫਰਾਈਜ਼ ਹੁੰਦੇ ਨੇ, ਜਿਹਨੂੰ ਆਪਾਂ ਫਰੈਂਚ ਫਰਾਈਜ਼ ਕਹਿੰਦੇ ਹਾਂ, ਬਸ ਉਹੀ ਮਿਲਦੇ ਆ ਖਾਣ 'ਚ, ਅਤੇ ਬਾਕੀ ਡਰਿੰਕ ਕੋਕ ਕੋਕ ਮਿਲ ਜਾਂਦਾ, ਬਾਕੀ ਨੋਨ ਵੈੱਜ ਹੀ ਹੈ ਜੀ ਸਾਰਾ ਕੁਛ। ਇਹ ਸੀਗੀ ਮੇਰੇ ਵੱਲੋਂ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਅਬਾਊਟ ਜਿਹੜਾ ਲੋਟੇ ਸੈਂਟਰ ਹੈਗਾ ਹਨੋਈ ਵੀਅਤਨਾਮ 'ਚ। ਸੋ ਜਿੰਨਾ ਕੁ ਮੈਨੂੰ ਨੌਲੇਜ ਸੀਗੀ, ਜਿੰਨਾ ਕੁ ਮੈਂ ਦੇਖਿਆ ਇੱਥੇ, ਉਹ ਮੈਂ ਸ਼ੇਅਰ ਕੀਤਾ ਤੁਹਾਡੇ ਨਾਲ ਸਾਰਿਆਂ ਨਾਲ। ਸੋ ਜੇ ਕੋਈ ਲੱਗਦੀ ਹੋਵੇ ਇਨਫੋਰਮੇਸ਼ਨ ਹੋਰ ਤੁਹਾਨੂੰ ਮਿਸ ਲੱਗਦੀ ਹੋਵੇ ਤਾਂ ਜ਼ਰੂਰ ਮੈਨੂੰ ਇਸ 'ਚ ਤੁਸੀਂ ਮੈਨੂੰ ਮੇਲ ਕਰਕੇ ਦੱਸ ਸਕਦੇ ਹੋ, ਕਮੈਂਟ 'ਚ ਦੱਸ ਸਕਦੇ ਹੋ। ਥੈਂਕ ਯੂ।